ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮੰਨੂ ਮੋੜ ਤੇ ਭਾਰਤੀ ਸਿਨੇਮਾ ਦੇ ਰਿਗਾਰਡਿੰਗ ਤੁਹਾਨੂੰ ਮੈਂ ਇੱਕ ਪਹਿਲਾਂ ਬਹੁਤ ਹੀ ਇੰਪੋਰਟੈਂਟ ਕਲਾਸ ਪ੍ਰੋਵਾਈਡ ਕਰਵਾਈ ਸੀ ਤੇ ਇਸ ਵਿੱਚ ਵੀ ਕੁਝ ਇੰਪੋਰਟੈਂਟ ਕੁਐਸਚਨ ਕਵਰ ਨੇ ਇਹ ਵੀ ਵੀਡੀਓ ਕਾਫੀ ਇੰਪੋਰਟੈਂਟ ਹੈ ਬਸ ਇਹ ਦੋ ਵੀਡੀਓ ਦੇਖ ਲਓ ਤੁਸੀਂ ਇਸ ਤੋਂ ਇਲਾਵਾ ਤੁਹਾਨੂੰ ਸਿਨੇਮਾ ਦੇ ਰਿਗਾਰਡਿੰਗ ਕੁਝ ਵੀ ਪੜ੍ਹਨ ਦੀ ਲੋੜ ਨਹੀਂ ਹੈ ਧਿਆਨ ਨਾਲ ਦੇਖ ਲਓ ਤੇ ਰਾਈਟ ਡਾਊਨ ਜ਼ਰੂਰ ਕਰ ਲਿਓ ਓਕੇ ਇਸ ਤੋਂ ਬਾਅਦ ਕੁਝ ਵੀ ਐਗਜ਼ਾਮ ਵਿੱਚ ਨਹੀਂ ਆਵੇਗਾ ਤੇ ਹੁਣ ਚਲੋ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਆਪਾਂ ਕੁਐਸਚਨ ਨੰਬਰ 1 ਦੇਖ ਲੈਣੇ ਕੀ ਕਹਿੰਦਾ ਹੈ ਕਾ ਕੁਐਸਚਨ ਨੰਬਰ 1 ਕੀ ਕਹਿੰਦਾ ਭਾਰਤੀ ਸਿਨੇਮਾ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਮੈਂ ਕਾਫੀ ਚੰਗੀ ਤਰ੍ਹਾਂ ਤੁਹਾਨੂੰ ਸਮਝਾਇਆ ਸੀ ਕਿ ਭਾਰਤੀ ਸਿਨੇਮਾ ਦਾ ਪਿਤਾਮਾ ਕੌਣ ਹੈ ਠੀਕ ਹੈ ਜੇ ਤੁਸੀਂ ਉਹ ਕਲਾਸ ਦੇਖੀ ਹੈ ਤਾਂ ਵੀਡੀਓ ਵਿੱਚ ਫਟਾਫਟ ਕਮੈਂਟ ਕਰ ਦਿਓ ਕਿ ਇਸ ਦਾ ਰਾਈਟ ਆਨਸਰ ਕਿਹੜਾ ਹੋਵੇਗਾ ਆਪਸ਼ਨ ਨੰਬਰ A ਬਾਬਾ ਸਾਈ ਫਾਲਕੇ ਸੋਰੀ ਬਾਬਾ ਦਾਦਾ ਸਾਈ ਫਾਲਕੇ ਹੈ ਇੱਥੇ ਬਾਬਾ ਸਾਹਿਬ ਲਿਖਿਆ ਗਿਆ ਇੱਥੇ ਤੁਸੀਂ ਕਰੈਕਟ ਕਰ ਲਓ ਦਾਦਾ ਸਾਈ ਫਾਲਕੇ ਆ ਇਸ ਤੋਂ ਇਲਾਵਾ ਆਪਸ਼ਨ ਨੰਬਰ B ਦੇਵਾਨੰਦ ਆਪਸ਼ਨ ਨੰਬਰ C ਵੀ ਐਨ ਰਾਉ ਆਪਸ਼ਨ ਨੰਬਰ D ਅਮਿਤਾ ਵਚਨ ਠੀਕ ਹੈ ਜੇ ਤੁਹਾਨੂੰ ਸਵਾਲ ਦਾ ਆਨਸਰ ਪਤਾ ਹੈ ਤਾਂ ਫਟਾਫਟ ਵੀਡੀਓ ਵਿੱਚ ਕਮੈਂਟ ਕਰ ਦਿਓ ਤੇ ਚਲੋ ਬਾਕੀ ਮੈਂ ਆਨਸਰ ਵੀ ਤੁਹਾਨੂੰ ਦੱਸ ਦਿੰਨਾ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੈ ਦਾਦਾ ਸਾਹਿਬ ਫਾਲਕੇ ਆ ਜੋ ਭਾਰਤੀ ਸਿਨੇਮਾ ਦਾ ਪਿਤਾਮਾ ਯਾਨੀ ਫਾਦਰ ਆਫ ਸਿਨੇਮਾ ਮੰਨਿਆ ਜਾਂਦਾ ਠੀਕ ਹੈ ਕੁਐਸਚਨ ਨੰਬਰ 2 ਦੀ ਗੱਲ ਕਰੀਏ ਔਸਕਰ ਪੁਰਸਕਾਰ ਲਈ ਨਾਮਜ਼ਦ ਹੋਣ ਵਾਲੀ ਭਾਰਤੀ ਪਹਿਲੀ ਫਿਲਮ ਕਿਹੜੀ ਸੀ ਭਾਰਤ ਦੀ ਪਹਿਲੀ ਫਿਲਮ ਕਿਹੜੀ ਸੀ ਜਿਹੜੀ ਔਸਕਰ ਅਵਾਰਡ ਲਈ ਨੋਮੀਨੇਟ ਹੋਈ ਸੀ ਆਪਸ਼ਨ ਨੰਬਰ ਏ ਮਿਰਜ਼ਾ ਗਾਲਿਬ ਆਪਸ਼ਨ ਨੰਬਰ ਬੀ ਮਦਰ ਆਫ ਇੰਡੀਆ ਆਪਸ਼ਨ ਨੰਬਰ ਸੀ ਸਲਮ ਡਾਗ ਮਿਲੀਨੀਅਰ ਆਪਸ਼ਨ ਨੰਬਰ ਡੀ ਗਾਂਧੀ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਬੀ ਮਦਰ ਆਫ ਇੰਡੀਆ ਸੀ ਜਿਹੜੀ ਕਿ ਪਹਿਲੀ ਫਿਲਮ ਸੀ ਇਹ ਜੋ ਓਸਕਾਰ ਅਵਾਰਡ ਲਈ ਭੇਜੀ ਗਈ ਸੀ ਠੀਕ ਹੈ ਨੋਮੀਨੇਟ ਕੀਤੀ ਗਈ ਸੀ ਇਸ ਤੋਂ ਬਾਅਦ ਕੁਐਸਚਨ ਨੰਬਰ 3 ਦੀ ਗੱਲ ਕਰੀਏ ਓਸਕਾਰ ਪੁਰਸਕਾਰ ਜਿੱਤਣ ਵਾਲੀ ਭਾਰਤੀ ਪਹਿਲੀ ਫਿਲਮ ਦਾ ਨਾਮ ਦੱਸੋ ਦੇਖੋ ਕੁਐਸਚਨ ਨੰਬਰ 2 ਚ ਸਿਰਫ ਨੋਮੀਨੇਟ ਹੋਣ ਵਾਲੀ ਸੀ ਬਟ ਉਸਨੇ ਅਵਾਰਡ ਜਿੱਤਿਆ ਨਹੀਂ ਸੀ ਠੀਕ ਹੈ ਉਹ ਕੁਐਸਚਨ ਨੰਬਰ 3 ਵਿੱਚ ਕੀ ਕਹਿੰਦਾ ਨੋਮੀਨੇਟ ਵੀ ਹੋਈ ਅਤੇ ਆਬਵੀਅਸ ਜੇ ਨੋਮੀਨੇਟ ਹੋਈ ਤਾਂ ਭਾਰਤੀ ਮੂਵੀ ਜਿੱਤੀ ਵੀ ਹੈ ਓਸਕਰ ਅਵਾਰਡ ਉਸ ਬਾਰੇ ਪੁੱਛਿਆ ਗਿਆ ਤਾਂ ਇਹਨਾਂ ਵਿੱਚੋਂ ਦੇਖੋ ਕਿਹੜੀ ਹੈ ਆਪਸ਼ਨ ਨੰਬਰ A ਮਿਰਜ਼ਾ ਗਾਲਿਬ ਆਪਸ਼ਨ ਨੰਬਰ B ਮਦਰ ਇੰਡੀਆ ਆਪਸ਼ਨ ਨੰਬਰ C ਸਲਮ ਡਾਕ ਮਿਲੀਨਿਰ ਆਪਸ਼ਨ ਨੰਬਰ D ਗਾਂਧੀ ਤਾਂ ਪਹਿਲੀ ਮੂਵੀ ਜਿਹੜੀ ਓਸਕਰ ਅਵਾਰਡ ਦਿੱਤਾ ਸੀ ਉਹ ਸੀ ਗਾਂਧੀ ਮੂਵੀ ਸੀ ਓਕੇ ਯਾਦ ਰੱਖਿਓ ਇਸੋ ਲੋਵਾ ਆਪਸ਼ਨ ਨੰਬਰ ਸੀ ਹੈ ਜਿਹੜਾ ਸਲਮ ਡੌਗ ਮਿਲੀਨੀਅਰ ਨੇ ਵੀ ਆਈ ਥਿੰਕ 2012 ਵਿੱਚ ਜਿਹੜਾ ਔਸਕਰ ਅਵਾਰਡ ਜਿੱਤਿਆ ਸੀ ਇਸ ਤੋਂ ਬਾਅਦ ਕੁਐਸਚਨ ਨੰਬਰ 4 ਦੀ ਗੱਲ ਕਰੀਏ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਦਲੀਪ ਕੌਰ ਠੀਕ ਹੈ ਇਹ ਨਾਮ ਤੁਸੀਂ ਯਾਦ ਰੱਖਿਓ ਦਲੀਪ ਕੌਰ ਟਿਵਾਣਾ ਠੀਕ ਹੈ ਕਾਫੀ ਫੇਮਸ ਨਾਮ ਹੈ ਤੇ ਇਸ ਨੂੰ ਇੱਕ ਅਵਾਰਡ ਮਿਲਿਆ ਸੀ ਸਾਹਿਤ ਅਕਾਦਮੀ ਪੁਰਸਕਾਰ ਇਹ ਅਵਾਰਡ ਦਾ ਨਾਮ ਹੈ ਤੇ ਇਹ ਇੰਨਾ ਨੇ ਕੀ ਲਿਖਿਆ ਸੀ ਹੈ ਜਿਹੜੇ ਲਈ ਇਹ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਉਹਨਾਂ ਦੀ ਜਿਹੜੀ ਕਵਿਤਾ ਸੀ ਕਿਹੜੀ ਸੀ ਇਹਨਾਂ ਵਿੱਚੋਂ অপਸ਼ਨ ਨੰਬਰ A ਇਹੋ ਹਮਾਰਾ ਜੀਵਨਾ অপਸ਼ਨ ਨੰਬਰ B ਪੰਜਾਬ ਕਲਮ অপਸ਼ਨ ਨੰਬਰ C ਚਿੱਟਾ ਲਹੁ অপਸ਼ਨ ਨੰਬਰ D ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ অপਸ਼ਨ ਨੰਬਰ A ਇਹੋ ਹਮਾਰਾ ਜੀਵਨਾ ਇਗਜ਼ਾਮ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਇਹੋ ਹਮਾਰਾ ਜੀਵਨਾ ਜਿਹੜੀ ਕਵਿਤਾ ਹੈ ਇਸ ਦਾ ਲੇਖਕ ਕੌਣ ਹੈ ਤਾਂ ਵੀ ਯਾਦ ਰੱਖਿਓ ਦਲੀਪ ਕੌਰ ਟਿਵਣਾ ਤੇ ਇਹਨਾਂ ਨੂੰ ਕਿਹੜਾ ਅਵਾਰਡ ਮਿਲਿਆ ਸੀ ਅਕਾਦਮੀ ਪੁਰਸਕਾਰ ਸਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਐਂਡ ਇਸ ਤੋਂ ਲਾਭ ਇੱਕ ਉਹ ਹੈ ਚਿੱਟਾ ਲਹੂ ਇਹ ਵੀ ਕਾਫੀ ਫੇਮਸ ਐਗਜ਼ਾਮ ਵਿੱਚ ਬਹੁਤ ਵਾਰ ਰਿਪੀਟ ਹੁੰਦੀ ਹੈ ਤੇ ਕਈ ਵਾਰ ਇਸ ਦੇ ਰਾਈਟਰ ਦਾ ਨਾਮ ਪੁੱਛਿਆ ਜਾਂਦਾ ਹੈ ਕਿ ਚਿੱਟਾ ਲਹੂ ਕਵਿਤਾ ਜਿਹੜੀ ਇਹ ਕਿਹੜੇ ਕਿਸ ਦੁਆਰਾ ਲਿਖੀ ਗਈ ਹੈ ਤਾਂ ਨਾਨਕ ਸਿੰਘ ਹੈ ਤੁਸੀਂ ਨਾਮ ਯਾਦ ਰੱਖ ਨਾਨਕ ਸਿੰਘ ਦੁਆਰਾ ਇਹ ਕਵਿਤਾ ਲਿਖੀ ਗਈ ਸੀ ਓਕੇ ਕੁਐਸਚਨ ਨੰਬਰ 5 ਦੀ ਗੱਲ ਕਰੀ ਗ੍ਰੇਮੀ ਅਵਾਰਡ ਕਿਸ ਖੇਤਰ ਵਿੱਚ ਦਿੱਤਾ ਜਾਂਦਾ ਹੈ ਇੱਕ ਗ੍ਰੇਮੀ ਨਾਮ ਦਾ ਅਵਾਰਡ ਹੁੰਦਾ ਹੈ ਉਹ ਕਿਹੜੀ ਫੀਲਡ ਵਿੱਚ ਦਿੱਤਾ ਜਾਂਦਾ ਹੈ অপਸ਼ਨ ਨੰਬਰ A ਸਭ ਤੋਂ ਵਧੀਆ ਡਾਂਸ ਦੇ ਖੇਤਰ ਵਿੱਚ অপਸ਼ਨ ਨੰਬਰ B ਸਭ ਤੋਂ ਵਧੀਆ ਫਿਲਮ ਦੇ ਖੇਤਰ ਵਿੱਚ অপਸ਼ਨ ਨੰਬਰ C ਸਭ ਤੋਂ ਵਧੀਆ ਡਾਇਰੈਕਟਰ ਹੁੰਦੇ ਜਿਹੜੇ ਮੂਵੀ ਤੇ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਾਂ অপਸ਼ਨ ਨੰਬਰ D ਸਭ ਤੋਂ ਵਧੀਆ ਸੰਗੀਤ ਦੇ ਖੇਤਰ ਵਿੱਚ ਤਾਂ ਇਹਦਾ ਰਾਈਟ ਆਨਸਰ ਹੋਵੇਗਾ ਮਿਊਜ਼ਿਕ ਦੇ ਖੇਤਰ ਵਿੱਚ অপਸ਼ਨ ਨੰਬਰ D ਯਾਨੀ ਸੰਗੀਤ ਦੇ ਖੇਤਰ ਵਿੱਚ ਇਹ ਅਵਾਰਡ ਦਿੱਤਾ ਜਾਂਦਾ ਤੇ ਇਸ ਨਾਲ ਜੁੜਦੀਆਂ ਕੁਝ ਇੰਪੋਰਟੈਂਟ ਗੱਲਾਂ ਵੀ ਤੁਸੀਂ ਨੋਟ ਕਰ ਲਓ ਤੇ 2022 ਦਾ ਜਿਹੜਾ ਅਸ ਗ੍ਰੈਮੀ ਅਵਾਰਡ ਸੀ ਉਹ ਫਾਲਗੁਨੀ ਸ਼ਾਹ ਨੂੰ ਮਿਲਿਆ ਤੇ ਇਹ ਕਿਹੜੇ ਉਦ ਵਿੱਚ ਮਤਲਬ ਕਿ ਇੱਕ ਸਾਇਲਡ ਦਾ ਨਾ ਬੱਚਿਆਂ ਦਾ ਇੱਕ ਮਿੱਤਰ 뮤직 ডিপਾਰਟਮੈਂਟ ਹੁੰਦਾ ਹੈ ਨਾ ਉਸ ਖੇਤਰ ਵਿੱਚ ਇਸ ਨੂੰ ਇਹ ਜਿਹੜਾ ਗ੍ਰੈਮੀ ਅਵਾਰਡ ਮਿਲਿਆ ਤੇ ਇਸ ਦੀ ਐਲਬਮ ਕਿਹੜੀ ਸੀ ਇੱਕ ਕਲਰਫੁੱਲ ਵਰਲਡ ਨਾਮਕ ਐਲਬਮ ਸੀ ਉਸ ਦੇ ਲਈ ਇਸ ਨੂੰ ਗ੍ਰੈਮੀ ਅਵਾਰਡ ਮਿਲਿਆ ਸੀ ਠੀਕ ਹੈ ਇਹ ਵਿੱਚ ਯਾਦ ਰੱਖੋ ਕਵੈਸਚਨ ਨੰਬਰ 6 ਦੀ ਗੱਲ ਕਰੀਏ ਵਫਤਾ ਅਵਾਰਡ ਕਿਹੜੇ ਖੇਤਰ ਵਿੱਚ ਦਿੱਤਾ ਜਾਂਦਾ ਹੈ ਵਫਤਾ ਅਵਾਰਡ ਦੋਸਤੋ ਇਹ ਵੀ ਬਹੁਤ ਵਾਰ ਰਿਪੀਟ ਹੁੰਦਾ ਹੈ ਨਾ एग्जाम ਵਿੱਚ ਤਾਂ ਕਰ ਕਿਸ ਨੂੰ ਯਾਦ ਰੱਖਿਓ ਵਫਤਾ ਅਵਾਰਡ ਕਿਹੜੇ ਖੇਤਰ ਵਿੱਚ ਦਿੱਤਾ ਜਾਂਦਾ ਆਪਸ਼ਨ ਨੰਬਰ B ਸਭ ਤੋਂ ਵਧੀਆ ਮੂਵੀ ਹੁੰਦੀ ਹੈ ਜਿਹੜੀ ਮੂਵੀ ਦੇ ਖੇਤਰ ਵਿੱਚ ਦਿੱਤਾ ਜਾਂਦਾ ਹੈ ਕੈਨ ਦਾਵ ਹੈ ਮੂਵੀ ਵਿੱਚ ਕਿਹੜੇ ਐਕਟਰ ਨੇ ਵਧੀਆ ਕੰਮ ਕੀਤਾ ਉਹਨੂੰ ਵੀ ਵਫਤਾ ਅਵਾਰਡ ਮਿਲ ਸਕਦਾ ਕਿਹੜੀ ਵਧੀਆ ਮੂਵੀ ਹੈ ਉਹਨੂੰ ਵੀ ਵਫਤਾ ਅਵਾਰਡ ਮਿਲ ਸਕਦਾ ਕਿਹੜੀ ਐਕਟ੍ਰੈਸ ਵਧੀਆ ਉਹਨੂੰ ਵੀ ਵਫਤਾ ਅਵਾਰਡ ਮਿਲ ਸਕਦਾ ਮਤਲਬ ਕਿ ਮੂਵੀ ਵਿੱਚ ਕੰਮ ਕਰਨ ਵਾਲੇ ਸਾਰੇ ਹੀ ਜਿਹੜੇ ਵੀ ਬੰਦੇ ਹੁੰਦੇ ਨੇ ਨਾ ਬੰਦੀਆਂ ਹੁੰਦੀਆਂ ਉਹਨਾਂ ਨੂੰ ਇਹ ਅਵਾਰਡ ਮਿਲਦਾ ਤੇ ਬਫਤਾ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਫੈਕਟ ਦੇਖ ਲਓ ਸਭ ਤੋਂ ਪਹਿਲਾਂ ਬਫਤਾ ਦੇ ਕੇਮਰ ਫੁੱਲ ਫਾਰਮ ਪੁੱਛ ਲਈ ਜਾਂਦੀ ਹੈ ਤੇ ਯਾਦ ਰੱਖਿਓ ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਆਰਟਸ ਠੀਕ ਹੈ ਇਹ ਫੁੱਲ ਫਾਰਮ ਆ ਬਫਤਾ ਦੀ ਤੇ ਕਈ ਵਾਰ ਇਗਜ਼ਾਮ ਵਿੱਚ ਪੁੱਛ ਲਿਆ ਜਾਂਦਾ ਹੈ ਬਫਤਾ ਅਵਾਰਡ ਹੈ ਕਿਹੜੀ ਕੰਟਰੀ ਵੱਲੋਂ ਦਿੱਤਾ ਜਾਂਦਾ ਹੈ ਤਾਂ ਸਿੱਧਾ ਬ੍ਰਿਟਿਸ਼ ਵੱਲੋਂ ਇਹ ਦਿੱਤਾ ਜਾਂਦਾ ਮਤਲਬ ਕਿ ਬ੍ਰਿਟਿਸ਼ ਅਵਾਰਡ ਹੈ ਇੰਗਲੈਂਡ ਵੱਲੋਂ ਇਹ ਦਿੱਤਾ ਜਾਂਦਾ ਠੀਕ ਹੈ ਇਸ ਤੋਂ ਇਲਾਵਾ ਇਹ ਸਟਾਰਟ ਕਦੋਂ ਹੋਇਆ ਸੀ ਮਤਲਬ ਕਿ ਵਾਫਤਾ ਅਵਾਰਡ ਸੈਰੇਮਨੀ ਹੁੰਦੀ ਹੈ ਜਿਹੜੇ ਫੰਕਸ਼ਨ ਹੁੰਦੇ ਸਭ ਤੋਂ ਪਹਿਲਾਂ ਕਦੋਂ ਹੋਇਆ ਸੀ ਇਹ 1949 ਵੀ ਤੋਂ ਸਟਾਰਟ ਹੋਇਆ ਸੀ ਠੀਕ ਹੈ ਤੇ 2022 ਦਾ ਜਿਹੜਾ ਵਾਫਤਾ ਅਵਾਰਡ ਹੈ ਇਹ 75ਵਾਂ ਐਡੀਸ਼ਨ ਸੀ ਮਤਲਬ ਕਿ 75ਵਾਂ ਸੰਸਕਰਨ ਸੀ ਤੇ ਇਸ ਦਾ ਹੋਸਟ ਦਾ ਨਾਮ ਕੀ ਸੀ ਜਿਹੜਾ ਜੀ ਹੋਸਟ ਕਰਦਾ ਹੁੰਦਾ ਬੋਲ-ਬੋਲ ਕੇ ਹਨਾ ਮਾਈਕ ਫੜ ਕੇ ਬੋਲਦਾ ਹੁੰਦਾ ਨੋਮੀਨੇਸ਼ਨ ਨੋਮੀਨੇਟਡ ਹੁੰਦੇ ਜਿਹੜੇ ਉਹਨਾਂ ਨੂੰ ਬੁਲਾਉਂਦਾ ਹੁੰਦਾ ਤਾਂ ਉਹਦਾ ਨਾਮ ਕੀ ਸੀ ਰੈਵਲ ਪਿਲਸਨ ਨਾਮਕ ਕੋਈ ਬੰਦਾ ਹੋਣਾ ਹਾਲੀਵੁੱਡ ਦਾ उसने यह होस्ट किया ठीक है क्वेश्चन नंबर सात की गल करिए फिल्म दो हज़ार बई द ऑस्कर अवॉर्ड जीता ऑस्कर अवॉर्ड भी काफ़ी फेमस है एग्जाम बहुत बार ऑस्कर अवॉर्ड बारे पूछा जाता है ठीक है हाँ कि फिल्म ने जीता दो हज़ार बई का ऑसकर अवॉर्ड ऑप्शन नंबर बी इज द राइट आंसर होगा द पावर ऑफ डॉग ठीक है इसने इस मूवी ने हॉलीवुड की मूवी है इसने ओसकर अवॉर्ड दो हज़ार बई का ਓਸਕਰ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਫੈਕਟ ਦੀ ਗੱਲ ਕਰੀਆ ਓਸਕਰ ਇੱਕ ਗਲਿਆਦਰ ਕੋਈ ਐਗਜ਼ਾਮ ਵਿੱਚ ਓਸਕਰ ਅਵਾਰਡ ਵੀ ਆ ਸਕਦਾ ਹੈ ਜਾਂ ਅਕੈਡਮੀ ਅਵਾਰਡ ਵੀ ਆ ਸਕਦਾ ਹੈ ਦੋਨਾਂ ਦਾ ਮਤਲਬ ਇੱਕ ਹੀ ਹੈ ਓਸਕਰ ਨੂੰ ਹੀ ਅਕੈਡੈਮਿਕ ਅਵਾਰਡ ਵੀ ਕਿਹਾ ਜਾਂਦਾ ਠੀਕ ਹੈ ਇਹ ਕਈ ਵਾਰ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਕਿ ਓਸਕਰ ਅਵਾਰਡ ਕਿਹੜੀ ਕੰਟਰੀ ਵੱਲੋਂ ਦਿੱਤਾ ਜਾਂਦਾ ਹੈ ਤਾਂ ਅਮਰੀਕਾ ਵੱਲੋਂ ਇਹ ਅਵਾਰਡ ਦਿੱਤਾ ਜਾਂਦਾ ਹੈ ਇਹ ਵੀ ਚੀਜ਼ ਤੁਸੀਂ ਯਾਦ ਰੱਖਣਾ ਤੇ ਜਿਹੜਾ 2022 ਵਿੱਚ ਹੋਇਆ ਸੀ ਇਸ ਦਾ ਜਿਹੜੇ ਹੋਸਟ ਸੀ ਤਿੰਨ ਹੋਸਟ ਸੀ ਰਗੀਨਾ ਹਾਲ ਐਮ ਐਸ ਕੇਮਰ ਤੇ ਬੰਡਾਸਕਾਇਲਸ ਠੀਕ ਹੈ ਇਹ ਤਿੰਨ ਜਣੇ ਸੀ ਜਿਨ੍ਹਾਂ ਨੇ ਹੋਸਟ ਕੀਤਾ ਸੀ ਤੇ ਕਈ ਵਾਰ ਇਗਜ਼ਾਮ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਔਸਕਰ ਅਵਾਰਡ ਨੇ ਜਿਹੜੇ ਇਹ ਕਦੋਂ ਤੋਂ ਇਹਨਾਂ ਦੀ ਸ਼ੁਰੂਆਤ ਹੋਈ ਸੀ ਠੀਕ ਹੈ ਤਾਂ 1929 ਇਹ ਸਾਲ ਤੁਸੀਂ ਯਾਦ ਰੱਖਿਓ ਤੇ 2022 ਵਿੱਚ ਜਿਹੜਾ ਔਸਕਰ ਅਵਾਰਡ ਹੋਇਆ ਸੀ ਇਹ ਕਿਹੜਾ ਹੋਇਆ ਸੀ 94ਵਾਂ ਜਿਹੜਾ ਐਡੀਸ਼ਨ ਸੀ ਠੀਕ ਹੈ ਯਾਦ ਰੱਖਿਓ ਚੀਜ਼ਾਂ ਵੀ ਤੇ ਦੋਸਤੋ ਇੱਕ ਗੱਲ ਹੋਰ ਜੇ ਤੁਸੀਂ ਇਸ ਟੌਪਿਕ ਯਾਨੀ ਸਿਨੇਮਾ ਦੇ ਟੌਪਿਕ ਦੇ ਰਿਗਾਰਡਿੰਗ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਬਾਇਕ ਕਰਨਾ ਚਾਹੁੰਦੇ ਹੋ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਕੇ ਫਿਰ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਇਕ ਕਰ ਸਕਦੇ ਹੋ ਕਾਫੀ ਕੈਂਡੀਡੇਟ ਨੇ ਆਲਰੇਡੀ ਹੈ ਪੀਡੀਐਫ ਫਾਈਲ ਬਾਇਕ ਕਰ ਲਈ ਹੈ ਜੇ ਤੁਸੀਂ ਵੀ ਆਪਣੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਬਣਾਉਣਾ ਚਾਹੁੰਦੇ ਹੋ ਤਾਂ ਪੀਡੀਐਫ ਫਾਈਲ ਨੂੰ ਜ਼ਰੂਰ ਬਾਇਕ ਕਰ ਲਓ ਠੀਕ ਹੈ ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਦੀ ਕਿਹੜੀ ਭਾਰਤੀ ਫਿਲਮ 2022 ਲਈ ਕਿਹੜੀ ਭਾਰਤੀ ਫਿਲਮ 2022 ਵਿੱਚ ਦਾਦਾ ਸਾਈ ਫਾਲਕੇ ਇੰਟਰਨੈਸ਼ਨਲ ਫਿਲਮ ਆਫ ਦਾ ਈਅਰ ਅਵਾਰਡ ਜਿੱਤਿਆ ਤਾਂ ਕਿਹੜੀ ਫਿਲਮ ਨੇ ਜਿੱਤਿਆ ਪੁਸ਼ਪਾ ਨੇ ਇਹ ਫਿਲਮ ਜਿੱਤਿਆ ਪੁਸ਼ਪਾ ਦਾ ਇੱਕ ਡਾਇਲੋਗ ਆ ਕਾਫੀ ਫੇਮਸ ਡਾਇਲੋਗ ਸੇ ਕਿਹੜਾ ਪੁਸ਼ਪਾ ਵੀ ਸਾਊਥ ਦੀ ਮੂਵੀ ਹੈ ਜਿਹੜੀ ਆਈ ਥਿੰਕ ਤੁਹਾਨੂੰ ਪਤਾ ਤੁਸੀਂ ਦੇਖੀ ਹੋਵੇਗੀ ਜੇ ਦੇਖਿਆ ਤਾਂ ਤੁਹਾਨੂੰ ਜ਼ਰੂਰ ਪਤਾ ਹੋਵੇਗਾ ਠੀਕ ਹੈ ਉਹ ਜਿਹੜਾ ਡਾਇਲੋਗ ਸੀ ਉਹ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਹਨਾ ਥੋੜਾ ਜਿਹਾ ਪੜਾਏ ਦੇ ਨਾਲ ਨਾਲ ਮੂਡ ਵੀ ਠੀਕ ਰੱਖੀਏ ਆਪਣਾ ਇੰਜੋਏਬਲਾ ਰੱਖੀਏ ਤਾਂ ਜਲਦੀ ਨਾਲ ਪੁਸ਼ਪ ਦਾ ਜਿਹੜਾ ਕਮੈਂਟ ਸੀ ਕਾਫੀ ਫੇਮਸ ਹੋਇਆ ਸੀ ਉਹ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਕਿਹੜਾ ਹੋ ਜਿਹੜਾ ਮੇਨ ਡਾਇਲੋਗ ਸੀ ਤੇ ਅਤੇ ਇੱਕ ਪੁਆਇੰਟ ਤੁਸੀਂ ਯਾਦ ਰੱਖੋ ਇੱਕ ਤਾਂ ਦਾਦਾ ਸਾਹਿਬ ਫਿਲਮ ਆਫ ਦਾ ਇਅਰ ਅਵਾਰਡ ਮਿਲਦਾ ਠੀਕ ਹੈ ਇਹ ਅਲੱਗ ਅਵਾਰਡ ਹੈ ਇਸ ਤੋਂ ਇਲਾਵਾ ਇੱਕ ਤਾਂ ਦਾਦਾ ਸਾਹਿਬ ਬੈਸਟ ਫਿਲਮ ਅਵਾਰਡ ਹੁੰਦਾ ਸਿਰਫ ਮਤਲਬ ਕਿ ਦਾਦਾ ਸਾਹਿਬ ਬੈਸਟ ਫਿਲਮ ਅਵਾਰਡ ਹੁੰਦਾ ਇੱਥੇ ਕੀ ਹੁੰਦਾ ਦਾਦਾ ਸਾਹਿਬ ਇੰਟਰਨੈਸ਼ਨਲ ਫਿਲਮ ਅਵਾਰਡ ਹੁੰਦਾ ਤੇ ਇੱਕ ਸਿਰਫ ਦਾਦਾ ਸਾਹਿਬ ਕੋ ਬੈਸਟ ਫਿਲਮ ਅਵਾਰਡ ਹੁੰਦਾ ਇਹ ਦੋਨੋਂ ਅਲੱਗ ਅਵਾਰਡ ਨੇ ਤੇ ਸਿਰਫ ਜਿਹੜਾ ਦਾਦਾ ਸਾਹਿਬ ਬੈਸਟ ਫਿਲਮ ਅਵਾਰਡ ਹੈ ਉਹ ਕਿਨੂੰ ਮਿਲਿਆ ਸੀ 2022 ਦਾ ਸ਼ੇਰ ਸਾਹ ਮੂਵੀ ਨੂੰ ਮਿਲਿਆ ਸੀ ਠੀਕ ਹੈ ਯਾਦ ਰੱਖੋ ਇੰਟਰਨੈਸ਼ਨਲ ਫਿਲਮ ਆਫ ਦਾ ਈਅਰ ਦਾਦਾ ਸਾਹਿਬ ਫਾਲਕੀ ਅਵਾਰਡ ਹੈ ਇਹ ਇੱਕ ਸਿਰਫ ਦਾਦਾ ਸਾਹਿਬ ਬੈਸਟ ਫਿਲਮ ਅਵਾਰਡ ਹੁੰਦਾ ਇਸ ਤੋਂ ਬਾਅਦ ਕੁਐਸਚਨ ਨੰਬਰ 9 ਦੀ ਗੱਲ ਕਰੀਏ ਕਿਹੜੇ ਅਭਿਨੇਤਾ ਨੂੰ 2022 ਲਈ ਓਸਕਰ ਅਵਾਰਡ ਮਿਲਿਆ ਤਾਂ ਇਹ ਚਾਰ ਨੇ অপਸ਼ਨ ਨੰਬਰ A ਬਿਲ ਸਮੀਤ অপਸ਼ਨ ਨੰਬਰ B ਪਾਮਕ੍ਰੂਜ਼ অপਸ਼ਨ ਨੰਬਰ C ਨਵਾਜ਼ੁਦੀਨ সিদ্দিকੀ অপਸ਼ਨ ਨੰਬਰ D ਸਲਮਾਨ ਖਾਨ ਤਾਂ ਸਲਮਾਨ ਖਾਨ ਨੂੰ ਤਾਂ ਤੁਹਾਨੂੰ ਪਤਾ ਹੈ ਮਿਲ ਨਹੀਂ ਸਕਦਾ ਠੀਕ ਹੈ ਇਹ ਤਾਂ ਹੈ ਹੀ ਨਹੀਂ ਮਤਲਬ ਕਿ ਅਵਾਰਡ ਜਿੱਤਣ ਵਾਲਾ ਕੋਈ ਬੰਦਾ ਤੇ ਇਸ ਤੋਂ ਇਲਾਵਾ ਨਵਾਜ਼ੁਦੀਨ সিদ্দিকੀ ਕਾਫੀ ਵਧੀਆ ਐਕਟਰ ਹੈ ਯਾਰ ਦੇਖਿਓ ਵੀ ਸ਼ਾਇਦ ਤੁਸੀਂ ਇਸ ਦੀ ਮੂਵੀ ਇੱਕ ਮੂਵੀ ਹੈ ਦੇਖੋ ਤੁਹਾਨੂੰ ਕਾਫੀ ਮੋਟੀਵੇਟ ਕਰੂਗੀ ਜਿੱਥੋਂ ਵੀ ਜਾ ਕੇ ਡਾਊਨਲੋਡ ਕਰ ਲੋ ਜਾਂ ਹੈ ਬਾਈ ਕਰ ਲੋ Amazon ਤੋਂ ਉੱਥੇ Amazon Prime ਤੋਂ ਤੇ ਮੈਂ ਉਸ ਮੂਵੀ ਦਾ ਨਾਮ ਕੀ ਹੈ ਜੀ ਮੂਵੀ ਹੈ ਕਾ ਮਾਂਜੀ M A N M A N J H I ਮਾਂਜੀ ਨਾਮ ਦੀ ਇੱਕ ਮੂਵੀ ਹੈ ਮੋਟੀਵੇਟ ਕਰੂਗੀ ਤੁਹਾਨੂੰ ਠੀਕ ਹੈ ਪਹਿਲੀ ਗੱਲ ਤਾਂ ਕੋਈ ਮਾੜੀ ਮੂਵੀ ਨਹੀਂ ਹੈ ਤੁਸੀਂ ਇੱਕ ਵਾਰੀ ਦੇਖੋ ਮੂਵੀ ਜੇ ਮੈਂ ਹੋਣੀ ਸਟੋਰੀ ਦੱਸਤੀ ਹਨਾ ਤੁਹਾਨੂੰ ਇੰਟਰਸਟ ਨਹੀਂ ਆਵੇਗਾ ਮਾਂਜੀ ਨਾਮ ਦੀ ਇੱਕ ਮੂਵੀ ਹੈ ਜ਼ਰੂਰ ਦੇਖ ਲੋ ਐਗਜ਼ਾਮ ਦੇ ਪੁਆਇੰਟ ਆਫ਼ View ਨਾਲ ਵੀ ਤੁਹਾਨੂੰ ਕਾਫੀ ਮੋਟੀਵੇਟ ਕਰੂਗੇ ਉਹ ਤੇ ਮਤਲਬ ਕਿ ਕਈ ਵਾਰ ਆਪਣੀ ਉਮੀਦ ਟੁੱਟ ਜਾਂਦੀ ਹੈ ਨਾ ਇਹ ਫਿਲਮ ਦੇਖ ਲਓਗੇ ਨਾ ਤੁਸੀਂ ਕਹੋਗੇ ਕਿ ਹਾਂ ਇਹ ਬੰਦੇ ਨੇ ਜਿਹੜਾ ਨਵਾਦੁੱਦੀਨ ਸਿੱਦਕੀ ਮੇਨ ਐਕਟਰ ਹੈ ਉਸ ਮੂਵੀ ਵਿੱਚ ਇਸ ਬੰਦੇ ਨੇ ਇੰਨਾ ਵੱਡਾ ਕੰਮ ਕਰਤਾ ਇਕੱਲੇ ਨੇ ਸਾਡਾ ਤਾਂ ਐਗਜ਼ਾਮ ਹੀ ਨਹੀਂ ਕਰੀ ਕਰੈਕ ਹੋਣ ਦਾ ਉਹ ਮੂਵੀ ਦੇਖ ਕੇ ਕਾਫੀ ਇਨਸਪਾਇਰ ਹੋਵੋਗੇ ਤੇ ਮੋਟੀਵੇਟ ਹੋਵੋਗੇ ਜ਼ਰੂਰ ਦੇਖੋ ਠੀਕ ਹੈ ਇਸ ਤੋਂ ਇਲਾਵਾ ਟੌਮ ਕ੍ਰੂਜ਼ ਵੀ ਨਹੀਂ ਹੈ ਇਸ ਦਾ ਜਿਹੜਾ ਰਾਈਟ ਆਨਸਰ ਹੋਗਾ ਵਿਲ ਸਮਿਥ ਹੈ ਠੀਕ ਹੈ ਕਾਫੀ ਫੇਮਸ ਹੈ ਇਹ ਕਾਫੀ ਦਾ ਪੈਸੇ ਵੀ ਮਤਲਬ ਕਿ ਚਾਰਜ ਕਰਦਾ ਹੈ ਇਹ ਮੂਵੀ ਦੇ ਤਾਂ ਬਿਲ ਸਮਿੱਤ ਤੇ ਇਸ ਨੂੰ ਇਹ ਜਿਹੜਾ ਅਵਾਰਡ ਮਿਲਿਆ ਸੀ 2022 ਵਿੱਚ ਇੱਕ ਮੂਵੀ ਆਈ ਸੀ ਕਿੰਗ ਰੀਚਰਡ ਨਾਮ ਦੀ ਠੀਕ ਹੈ ਉਸ ਮੂਵੀ ਲਈ ਇਸ ਨੂੰ ਬੈਸਟ ਐਕਟਰ ਦਾ ਔਸਕਰ ਅਵਾਰਡ ਮਿਲਿਆ ਸੀ ਠੀਕ ਹੈ ਪਾਸਟ ਨੰਬਰ 10 ਦੀ ਗੱਲ ਕਰੀਂ ਭਾੜ ਦੀ ਪਹਿਲੀ ਮੂਹ ਕਹਿੰਦੇ ਸਾਇਲੈਂਟ ਫਿਲਮ ਦਾ ਨਾਮ ਦੱਸੋ ਠੀਕ ਹੈ ਐਗਜ਼ਾਮ ਵਿੱਚ ਤੁਹਾਨੂੰ ਮੂਖ ਹੀ ਲਿਖਿਆ ਆਵੇਗਾ ਮੂਖ ਤਾਂ ਤੁਸੀਂ ਕਨਫਿਊਜ਼ਨ ਹੋ ਜਾਓਗੇ ਕਿ ਮੂਖ ਮੀਨਿੰਗ ਕੀ ਹੁੰਦਾ ਹੈ ਨਾ ਤਾਂ ਸਾਇਲੈਂਟ ਕੀ ਹੁੰਦਾ ਹੈ ਇਹਦਾ ਮੀਨਿੰਗ ਤੇ ਪਹਿਲੀ ਮੂਵੀ ਕਿਹੜੀ ਸੀ ਜਿਹੜੀ ਸਾਇਲੈਂਟ ਮੂਵੀ ਸੀ ਭਾਰਤ ਨੇ ਬਣਾਈ ਸੀ ਰਾਜਾ ਹਰੀਸ਼ਚੰਦਰ ਸਾਇਲੈਂਟ ਮੂਵੀ ਦਾ ਮਤਲਬ ਕੀ ਹੈ ਦੋਸਤੋ ਇਸ ਵਿੱਚ ਨਾ ਕੋਈ ਸਾਊਂਡ ਸੀ ਨਾ ਕੋਈ ਅਵਾਜ਼ ਆਵਾਜ਼ ਸੀ ਜਸਟ ਐਕਸਪ੍ਰੈਸ਼ਨ ਦੇ ਥਰੂ ਜਿਹੜੇ ਵੀ ਸਟੋਰੀ ਸੀ ਇਹਨਾਂ ਨੇ ਸਮਝਾ ਦਿੱਤੀ ਸੀ ਠੀਕ ਹੈ ਇਸ ਤੋਂ ਇਲਾਵਾ ਕੁਝ ਇਹ ਜਿਹੜੀ ਫਿਲਮਾਂ ਨੇ ਇਹ ਵੀ ਕਾਫੀ ਫੇਮਸ ਨੇ ਤੇ ਇਹਨਾਂ ਨੂੰ ਵੀ ਯਾਦ ਰੱਖਣ ਯੋਗ ਤੁਸੀਂ ਮਤਲਬ ਕਿ ਯਾਦ ਰੱਖ ਲਿਓ ਮੈਂ ਤੁਹਾਨੂੰ ਦੱਸ ਦੇਣਾ ਕਿਹੜੀ ਕਿਹੜੀ ਹੈ ਜਿਹੜੀ ਕਿ ਆਦੀ ਸੰਕਰਚਾਰੀਆ ਮੂਵੀ ਹੈ ਇਹ ਭਾਰਤ ਦੀ ਪਹਿਲੀ ਹੈ ਜਿਹੜੀ ਸੰਸਕ੍ਰਿਤ ਦੀ ਮੂਵੀ ਹੈ ਐਗਜ਼ਾਮ ਵਿੱਚ ਪੁੱਛ ਲਿਆ ਜਾਂਦਾ ਕਿ ਭਾਰਤ ਦੀ ਪਹਿਲੀ ਸੰਸਕ੍ਰਿਤ ਫਿਲਮ ਕਿਹੜੀ ਸੀ ਮਤਲਬ ਕਿ ਸੰਸਕ੍ਰਿਤ ਲੈਂਗੁਏਜ ਦੇ ਵਿੱਚ ਮੂਵੀ ਕਿਹੜੀ ਸੀ ਠੀਕ ਹੈ ਤੇ ਭਾਰਤ ਦੀ ਪਹਿਲੀ ਮੂਕ ਫਿਲਮ ਕਿਹੜੀ ਹੈ ਰਾਜਾ ਹਰੀਸ਼ਚੰਦਰ ਤੇ ਇਸ ਤੋਂ ਇਲਾਵਾ ਭਾਰਤ ਦੀ ਪਹਿਲੀ ਕਲਰਫੁਲ ਯਾਨੀ ਰੰਗीन ਫਿਲਮ ਕਿਹੜੀ ਹੈ ਠੀਕ ਹੈ ਇਹ ਪੁੱਛ ਲਿਆ ਜਾਂਦਾ ਇਹ ਕਿਸਨ ਕੰਨਿਆ ਹੈ ਇਸ ਤੋਂ ਇਲਾਵਾ ਭਾਰਤ ਦੀ ਸਭ ਤੋਂ ਪਹਿਲੀ 3D ਫਿਲਮ ਕਿਹੜੀ ਸੀ ਤਾਂ 3D ਫਿਲਮ ਬਾਰੇ ਪੁੱਛਿਆ ਗਿਆ ਤਾਂ ਐਗਜ਼ਾਮ ਵਿੱਚ ਮਾਈ ਡੀਅਰ ਕੁੱਟੀ ਚੇਤਨ ਸਾਊਥ ਦੀ ਫਿਲਮ ਹੈ ਇਹ ਇਹ ਸਭ ਤੋਂ ਪਹਿਲੀ ਜਿਹੜੀ ਭਾਰਤ ਦੀ 3D ਮੂਵੀ ਸੀ